ਪੇਸ਼ ਹੈ ਪਾਕਿਸਤਾਨੀ ਅਫਸਾਨਾ ਨਵੀਸ ਸਲੀਮ ਖਾਨ ਗਿੰਮੀ ਦੀ ਕਹਾਣੀ ਪਾਣੀ ਦੇ ਪਹਾੜ ਆਵਾਜ਼ ਮਨਪ੍ਰੀਤ ਸੋhota ਬੇਰਾਂ ਕੰਜਰੀ ਨੇ ਰੇਸ਼ਮੀ ਸਲਵਾਰ ਚੁੱਕ ਕੇ ਗੋਰੀ ਪਿੰਨੀ ਤੇ ਖੁਰਕੇ ਆ ਤੇ ਫਿਰ ਬੁਰਾ ਜਿਹਾ ਮੂੰਹ ਬਣਾ ਕੇ ਸਰੰਗੀ ਨਵਾਜ਼ ਉਸਤਾਦ ਨੂੰ ਪੁੱਛਿਆ ਵੇ ਉਸਤਾਦ ਪਾਣੀ ਸਰੋਸਰ ਉ ਤਾਂ ਹੀ ਚੜਿਆ ਜਾ ਰਿਹਾ ਏ ਥੱਲੇ ਕਦੋਂ ਉਤਰੇਗਾ ਉਸਤਾਦ ਰਹੀਮੂ ਨੇ ਠਾਂ ਡਿੱਗਦੀਆਂ ਮੁੱਛਾਂ ਨੂੰ ਥੁੱਕ ਲਾ ਕੇ ਉਤਾਂ ਖੜਾ ਕੀਤਾ ਤੇ ਬੋਲਿਆ ਜਿਉਂਦੀ ਰਵੇਂ ਲੋਕਾਂ ਨੂੰ ਠਾਂ ਤਾਂ ਲਾ ਕੇ ਹੀ ਠਾਂ ਜਾਵੇ ਘਰਾਂ ਬੇਰਾ ਕੰਜਰੀ ਤੋਂ 10 ਕਦਮ ਪਰਾਂ ਸੈਦ ਲਹਿਰੀ ਸ਼ਾਹ ਦਾ ਡੇਰਾ ਸੀ ਇੱਕ ਸੂਈ ਦੇ ਨੱਕੇ ਵਿੱਚੋਂ ਲੰਘ ਜਾਣ ਵਾਲੇ ਮਾਰਚੂ ਜਿਹੇ ਮੂਰੀਦ ਨੇ ਲਹਿਰੀ ਸ਼ਾਹ ਬਾਦਸ਼ਾਹ ਦੇ ਪੈਰ ਘੁੱਟਦਿਆਂ ਹੋਇਆਂ ਬੜੀ ਤਮੀਜ਼ ਨਾਲ ਸਵਾਲ ਕੀਤਾ ਸ਼ਾਹ ਜੀ ਹੜ ਦਾ ਪਾਣੀ ਹੌਲੀ ਹੌਲੀ ਸਾਡੇ ਵੱਲ ਆ ਰਿਹਾ ਏ ਇਹ ਹੌਲੀ ਹੌਲੀ ਪਰਾਂ ਕਿਉਂ ਨਹੀਂ ਜਾਂਦਾ ਸੈਦ ਲਹਿਰੀ ਬਾਦਸ਼ਾਹ ਨੇ ਅੱਖਾਂ ਪੁੱਟ ਕੇ ਦਰਿਆ ਵੱਲ ਨਜ਼ਰ ਮਾਰੀ ਜੋ ਕਰੇ ਸੋਹ ਦਨਾਰਾ ਮਾਰਿਆ ਤੇ ਬੋਲਿਆ ਪਿਆਰਿਓ ਹੜ ਦੇ ਪਾਣੀ ਨੂੰ ਇਹੋ ਹੁਕਮ ਹੈ ਭਈ ਅੱਗੇ ਵਧੀ ਚੱਲ ਇਹ ਕਹਿ ਕੇ ਪੀਰ ਜੀ ਅੱਖਾਂ ਬੰਦ ਕਰਕੇ ਫਿਰ ਜੱਪ ਤੱਪ ਵਿੱਚ ਲੱਗ ਗਏ ਪੀਰ ਤੋਂ ਦੂਰ ਹਟਵਾ ਇੱਕ ਮੁਜ਼ਾਰਾ ਰੁਕਨੁद्दीन ਚੌਧਰੀ ਕੁਦਰਤੁੱਲਾ ਦੇ ਪੈਰਾਂ ਦੀਆਂ ਉਂਗਲਾਂ ਦੇ ਕੜਾਕੇ ਕੱਢ ਰਿਆ ਸੀ ਤੇ ਦਾਣਾ ਖਾਂਦੀ ਘੋੜੀ ਨੂੰ ਤੱਕ ਰਿਹਾ ਸੀ ਕੜਾਕੇ ਕੱਢਦਾ ਉਹ ਚੌਧਰੀ ਕੁਦਰਤੁੱਲਾ ਨੂੰ ਕਹਿਣ ਲੱਗਾ ਇਹ ਚੌਧਰੀ ਜੀ ਘੋੜੀ ਸੋਹਣੀ ਏ 500 ਦੀ ਸਸਤੀ ਏ ਨਿੱਕਾ ਚੌਧਰੀ ਬਾਕੀ ਦੋ ਘੋੜਿਆਂ ਨਾਲੋਂ ਇਸ ਨੂੰ ਪਸੰਦ ਕਰੇਗਾ ਹੈਨਾ ਆਹੋ ਇਹ ਗੱਲ ਤੇ ਤੇਰੀ ਠੀਕ ਏ ਪਰ ਘਰ ਅਪੜਨਾ ਮੁਸ਼ਕਲ ਨਜ਼ਰ ਆਉਂਦਾ ਏ ਹੜ ਦਾ ਜ਼ੋਰ ਹੁੰਦਾ ਜਾ ਰਿਹਾ ਏ ਮੈਨੂੰ ਤਾਂ ਇਹ ਸਮਝ ਆਉਂਦੀ ਏ ਵੀ ਪਹਾੜਾ ਵੱਲ ਬਹੁਤ ਬਾਰਿਸ਼ ਹੋਈ ਏ ਬੇਰਾ ਕੰਜਰੀ ਸੱਜੀ ਪਿੰਨੀ ਖੁਰਕ ਕੇ ਹੁਣ ਖੱਬੀ ਪਿੰਨੀ ਖੁਰਕ ਰਹੀ ਸੀ ਤੇ ਉਹਦੇ ਚੜ੍ਹਦੇ ਪਾਸੇ ਬੈਠਾ ਹੋਇਆ ਇੱਕ ਪਿੰਡੂ ਮੁੰਡਾ ਬੜੇ ਗੌਰ ਨਾਲ ਤੱਕ ਰਿਹਾ ਸੀ ਪਤਣ ਦਾ ਬੁੱਢਾ ਮਰਾ ਕੰਜਰੀ ਵੱਲ ਤੱਕ ਰਹੇ ਪਿੰਡੂ ਮੁੰਡੇ ਨੂੰ ਤੱਕ ਰਿਹਾ ਸੀ ਮੁੰਡਾ ਬੋਲਿਆ ਚਾਚਾ ਮੇਰਾ ਵਸ ਚੱਲੇ ਤੇ ਮੈਂ ਇਸ ਕੰਜਰੀ ਨੂੰ ਸਣੇ ਉਸਤਾਦ ਦਰਿਆ ਵਿੱਚ ਸੁੱਟ ਦਿਆਂ ਵੇਖ ਕਿੰਨੀ ਬੇਹਯਾਈ ਨਾਲ ਲੋਕਾਂ ਨੂੰ ਪਿੰਨੀਆਂ ਵਖਾ ਰਹੀ ਏ ਉਹ ਵਖਾ ਰਹੀ ਏ ਤੇ ਅਸੀਂ ਵੇਖ ਰਹੇ ਹਾਂ ਕਿਆਮਤ ਦੀਆਂ ਨਿਸ਼ਾਨੀਆਂ ਨੇ ਹੋਰ ਕੀ ਏ ਪਾਣੀ ਦਾ ਹੋਰ ਰੁਮਕਾ ਆ ਗਿਆ ਤੇ ਇਹ ਸੁੱਕੀ ਜਗ੍ਹਾ ਵੀ ਤਰਬਤਰ ਹੋ ਜਾਏਗੀ ਜਿੱਥੇ ਅਸੀਂ ਬੈਠੇ ਹਾਂ ਉਹਨਾਂ ਦੇ ਸਿਰਾਂ ਤੇ ਚਾਰ ਚੁਫੇਰੇ ਬੱਦਲ ਹੀ ਬੱਦਲ ਸਨ ਤੇ ਅੱਗੇ ਪਿੱਛੇ ਪਾਣੀ ਪਾਣੀ ਉਹ ਸਾਰੇ ਅੱਜ ਦੁਪਹਿਰ ਵੇਲੇ ਪਾਣੀ ਦਾ ਛਰਾ ਪਾਰ ਕਰਕੇ ਦਰਿਆ ਦੇ ਪੱਤਨ ਉੱਤੇ ਆਏ ਸਨ ਸਾਵਣ ਦੇ ਦਿਨ ਸਨ ਤੇ ਪਹਾੜਾਂ ਉੱਤੇ ਗਹਿਰੇ ਬੱਦਲ ਵਸਤੇ ਜਾਪਦੇ ਸਨ ਜਦੋਂ ਆਏ ਸਨ ਤੇ ਬੁੱਢੇ ਮਲਾਹ ਨੇ ਉਹਨਾਂ ਨੂੰ ਦੱਸਿਆ ਸੀ ਭਈ ਦਰਿਆ ਲੰਘਾਂ ਨਹੀਂ ਦੇ ਰਿਹਾ ਪਾਣੀ ਉੱਤਰ ਗਿਆ ਤੇ ਉਹ ਬੇੜੀ ਦਰਿਆ ਵਿੱਚ ਪਾ ਦੇਵੇਗਾ ਆਉਣ ਵਾਲਿਆਂ ਨੇ ਮਲਾਹ ਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਤੇ ਪੱਤਣ ਦੀ ਸਿੱਲੀ ਰੇਤ ਉੱਤੇ ਚਾਦਰਾਂ ਕੰਬਲ ਖੇਸ ਤੇ ਫੁਲਕਾਰੀਆਂ ਵਿਛਾ ਕੇ ਬਹਿ ਗਏ ਇਹਨਾਂ ਦਾ ਖਿਆਲ ਸੀ ਭਈ ਦਰਿਆ ਦਾ ਪਾਣੀ ਮਿੰਟ ਵਿੱਚ ਚੜਦਾ ਹੈ ਤੇ ਮਿੰਟ ਵਿੱਚ ਉੱਤਰ ਜਾਏਗਾ ਫਿਕਰ ਵਾਲੀ ਕਿਹੜੀ ਗੱਲ ਹੈ ਪਰ ਪਾਣੀ ਉਤਰਨ ਦੀ ਬਜਾਏ ਹੌਲੀ-ਹੌਲੀ ਚੜਦਾ ਰਿਹਾ ਤੇ ਹੁਣ ਸਾਰਿਆਂ ਨੂੰ ਇਹ ਸੋਚਨੇ ਘੇਰ ਲਿਆ ਕਿ ਜੇ ਪਾਣੀ ਨਾ ਉਤਰਿਆ ਤੇ ਕੀ ਬਣੇਗਾ। ਬੇਰਾ ਕੰਜਰੀ ਤੇ 우ਸਤਾਦ ਰਹੀਮੂ ਇੱਕ ਜਾਂਚ ਕਮਾ ਕੇ ਆਏ ਸਨ। ਉਹਨਾਂ ਦੇ ਬਾਕੀ ਸਾਥੀ ਇੱਕ ਦਿਨ ਪਹਿਲਾਂ ਦਰਿਆ ਟੱਪ ਕੇ ਆਪਣੇ ਸ਼ਹਿਰ ਚਲੇ ਗਏ ਸਨ ਪਰ ਬੇਰਾ ਕੰਜਰੀ ਤੇ ਉਹਦੇ 우ਸਤਾਦ ਨੂੰ ਲਾੜੇ ਦੇ ਸ਼ਕੀਨ ਪਿਓ ਨੇ ਇੱਕ ਦਿਨ ਵਾਸਤੇ ਮਹਿਮਾਨ ਰੱਖ ਲਿਆ ਸੀ। ਇੱਕ ਸੂਟ ਵੇਲੇ ਸਿਰ ਨਹੀਂ ਸੀ ਦਿੱਤਾ ਗਿਆ। ਇਹ ਸੂਟ ਲਾੜੇ ਦੇ ਪਿਓ ਨੇ ਬੇਰਾ ਦੇ ਗੀਤਾਂ ਤੇ ਨਾਚ ਤੋਂ ਖੁਸ਼ ਹੋ ਕੇ ਦਿੱਤਾ ਸੀ। ਵੇ 우ਸਤਾਦ ਸੂਟ ਤੇ ਸੋਨਾ ਏ। ਬੇਰਾ ਨੇ ਸੂਟ ਵੇਖਦਿਆਂ ਹੋਇਆਂ ਪੁੱਛਿਆ ਬੀਬੀ ਤੋਂ ਪਰਾਏ 우ਸਤਾਦ ਰਹੀਮੂ ਨੇ ਸੁੱਕੇ ਜੈਮੂਨ ਨਾਲ ਆਖਿਆ ਤੂੰ ਵੀ ਤੇ ਲੱਖਾਂ ਵਿੱਚੋਂ ਇੱਕ ਹੈ ਬੀਬੀ ਮੈਂ ਵੇਖਦਾ ਸੀ ਜਦੋਂ ਤੂੰ ਪਹੁੰਚੇ ਤਾਂ ਘਰ ਕਰਕੇ ਨੱਚਦੀ ਸੀ ਮੁੰਡੇ ਦਾ ਪਿਓ ਲਿਫਟ ਲਿਫਟ ਕੇ ਤੈਨੂੰ ਵੇਂਦਾ ਸੀ ਮੁੱਛਾਂ ਵੀ ਤੇ ਮਰੋੜਦਾ ਸੀ 우ਸਤਾਦ ਬੀਬੀ ਅੱਖੀਆਂ ਨਚਾ ਕੇ ਬੋਲੀ ਤੇ 우ਸਤਾਦ ਹੱਸ ਪਿਆ ਹੁਣ ਤੂੰ ਆਪ ਸਿਆਣੀ ਹੈ ਇਹੋ ਜਿਹੇ ਬੰਦਿਆਂ ਨੂੰ ਮੁੱਛਣਾ ਬੜਾ ਸੌਖਾ ਹੁੰਦਾ ਹੈ ਬਸ ਅੱਖ ਦੇ ਇਸ਼ਾਰੇ ਤੇ ਜਾਣ ਦਿੰਦੇ ਨੇ ਤੇ ਨੋਟ ਵੀ ਪਸਤਾਨ ਨੇ ਲੁਕਮਾ ਦਿੱਤਾ ਦਰਿਆ ਦਾ ਹੜ ਪੈਰੋਂ ਪੈਰ ਅੱਗੇ ਵਧ ਰਿਹਾ ਸੀ ਲੰਮੇ ਚੌੜੇ ਦਰਿਆ ਵਿੱਚ ਘੁੰਮਣ ਘੇਰੀਆਂ ਤੇ ਛੱਲਾਂ ਪੈ ਰਹੀਆਂ ਸਨ ਕੱਕ ਕਾਨੇ ਤੇ ਲੰਮੇ ਲੰਮੇ ਸ਼ਹਿਤੀਰ ਦਰਿਆ ਵਿੱਚ ਰੁੜਦੇ ਜਾਂਦੇ ਸਨ ਕਿਸਮ ਕਿਸਮ ਦੇ ਮੱਛੀ ਖੋਰ ਜਾਨਵਰ ਉੜਦੇ ਫਿਰਦੇ ਸਨ ਦੂਰ ਗਿਰਜਾਂ ਪਈਆਂ ਬੋਲਦੀਆਂ ਸਨ ਪਰ ਇਹਨਾਂ ਨੂੰ ਕੋਈ ਮੁਰਦਾ ਡੰਗਰ ਲੱਗ ਗਿਆ ਸੀ ਪੀਰ ਲਹਿਰੀ ਸ਼ਾ ਬਾਦਸ਼ਾ ਅੱਖੀਆਂ ਮੀਟ ਕੇ ਅੱਲਾਹੂ ਅੱਲਾਹੂ ਕਰ ਰਿਹਾ ਸੀ ਸੂਈ ਦੇ ਨੱਕੇ ਵਿੱਚੋਂ ਦੇ ਨਿਕਲ ਜਾਣ ਵਾਲਾ ਮਾਰਚੂ ਜਿਹਾ ਮੁਰੀਦ ਅੱਖਾਂ ਪਾੜ-ਪਾੜ ਕੇ ਹੜ ਵੱਲੇ ਵੇਖ ਰਿਹਾ ਸੀ ਤੇ ਇੱਕ ਮੋਟਾ ਬਾਲਕਾ ਪੀਰ ਜੀ ਦੀਆਂ ਲੱਤਾਂ ਘੁੱਟ ਰਿਹਾ ਸੀ। ਸ਼ਾਹ ਜੀ ਹੜ ਨੂੰ ਰੁਕ ਜਾਣਾ ਚਾਹੀਦਾ ਏ। ਤੁਸੀਂ ਫੂਕ ਹੀ ਮਾਰ ਦਿਓ। ਮਾਰਚੂ ਮੁਰੀਦ ਬੋਲਿਆ। ਸਾਨੂੰ ਹਾਲੀ ਹੁਕਮ ਨਹੀਂ ਹੋਇਆ ਫੂਕ ਮਾਰਨ ਦਾ। ਜਦ ਹੋਵੇਗਾ ਫੂਕ ਮਾਰ ਕੇ ਹੜ ਰੋਕ ਦੇਾਂਗੇ। ਪੀਰ ਜੀ ਇੰਜ ਡੂੰਗੀ ਆਵਾਜ਼ ਵਿੱਚ ਬੋਲੇ ਜਿਵੇਂ ਕੋਈ ਤੋਬਾ ਖੂ ਵਿੱਚੋਂ ਬੋਲ ਰਿਹਾ ਹੋਵੇ। ਤੇ ਫੇਰ ਦਰਿਆ ਵਿੱਚ ਗੋਡੇ-ਗੋਡੇ ਪਾਣੀ ਹੋ ਜਾਏਗਾ ਸ਼ਾਹ ਜੀ। ਮੁਰੀਦ ਨੇ ਪੁੱਛਿਆ ਹਾਂ ਬਚੜਾ ਫਿਰ ਦਰਿਆ ਲੰਘਾ ਦੇ ਦੇਗਾ ਸਾਰੇ ਇਨਸਾਨ ਪਾਰ ਲੰਘ ਜਾਣਗੇ ਇਹ ਰੇਤ ਉੱਤੇ ਲੰਮੀ ਪਈ ਹੋਈ ਕੰਜਰੀ ਤੇ ਉਹਦੇ ਨਾਲ ਬੁੱਢਾ ਉਸਤਾਦ ਵੀ ਹਾਂ ਉਹ ਵੀ ਪਾਰ ਲੰਘ ਜਾਣਗੇ ਸਾਡੀ ਰਹਿਮਤ ਸਾਰਿਆਂ ਲਈ ਸ਼ਾਹ ਜੀ ਨੇ ਕਿਹਾ ਤੇ ਅੱਖਾਂ ਉਠ ਲਈਆਂ ਕੁਰਬਾਨ ਸੱਚੀ ਸਰਕਾਰ ਦੇ ਕੁਰਬਾਨ ਸੱਚੀ ਸਰਕਾਰ ਦੇ ਮੁਰੀਦ ਨੇ ਕਿਹਾ ਤੇ ਲੰਮੀ ਪਈ ਕੰਜਰੀ ਵੱਲ ਗੌਰ ਨਾਲ ਤੱਕਣ ਲੱਗ ਪਿਆ ਚਰਾ ਚੜ ਗਿਆ ਸੀ ਤੇ ਉਹਦੇ ਪਾਣੀ ਦੀ ਕੁਕਰ ਦਰਿਆ ਵਿੱਚ ਆਏ ਹੋਏ ਹੜ ਦੀ ਕੁਕਰ ਨਾਲ ਮਿਲ ਗਈ ਸੀ। ਛਰਾ ਦਰਿਆ ਵਿੱਚੋਂ ਨਿਕਲਦਾ ਸੀ ਤੇ ਦਰਿਆ ਵਿੱਚ ਹੀ ਅੱਗੇ ਜਾ ਕੇ ਪੈ ਜਾਂਦਾ ਸੀ। ਪਾਣੀ ਦੀ ਇਸ ਛੋਟੀ ਜਿਹੀ ਨਦੀ ਵਿੱਚ ਸਾਰਾ ਸਾਲ ਪਾਣੀ ਨਾ ਆਉਂਦਾ। ਬਸ ਜਦੋਂ ਸ਼ਾਵਣ ਭਾਦਰੋਂ ਨੂੰ ਪਾਣੀ ਦੇ ਦਰਿਆ ਵਿੱਚ ਹੜਲ ਆ ਜਾਂਦੇ ਤੇ ਨਦੀ ਦਾ ਇਹ ਛਰਾ ਛੋਟਾ ਜਿਹਾ ਦਰਿਆ ਬਣ ਜਾਂਦਾ ਤੇ ਜੇ ਬਹੁਤ ਜ਼ਿਆਦਾ ਹੜ ਆਉਂਦਾ ਤੇ ਫਿਰ ਦਰਿਆ ਤੇ ਛਰਾ ਇੱਕ ਮਿਕ ਹੋ ਜਾਂਦੇ। ਛਰਾ ਆਪਣੀ ਹਸਤੀ ਗਵਾ ਕੇ ਦਰਿਆ ਵਿੱਚ ਮਿਲ ਜਾਂਦਾ ਤੇ ਆਲੇ ਦੁਆਲੇ ਦੇ ਸਾਰੇ ਇਲਾਕੇ ਨੂੰ ਆਪਣੀ ਮੁਠੀ ਵਿੱਚ ਲੈ ਕੇ ਹਲੂਣ ਛੱਡਦਾ। ਤਬਾਹ ਕਰ ਦਿੰਦਾ। ਮਕਾਨ ਡਿੱਗ ਪੈਂਦੇ ਹਵੇਲੀਆਂ ਤਬਾਹ ਹੋ ਜਾਂਦੀਆਂ ਡੰਗਰ ਰੁੜ ਜਾਂਦੇ ਤੇ ਲੋਕ درختਾਂ ਉੱਤੇ ਚੜ੍ਹ ਕੇ ਆਪਣੀ ਜਾਨ ਬਚਾਉਂਦੇ ਪਰ ਇਸ ਕਿਸਮ ਦਾ ਹੜ ਪੰਜ 6 ਸਾਲ ਬਾਅਦ ਆਉਂਦਾ ਪੰਜ 6 ਸਾਲ ਬਾਅਦ ਪਾਣੀ ਦੇ ਪਹਾੜ ਦਰਿਆ ਦੇ ਕੰਢੇ ਵੱਸਣ ਵਾਲੇ ਲੋਕਾਂ ਨੂੰ ਤਬਾਹ ਕਰਕੇ ਕਿਤੇ ਗੁੰਮ ਹੋ ਜਾਂਦੇ ਮੁਜ਼ਾਰੇ ਰੁਕਨਉਦੀਨ ਨੇ ਘੋੜੀ ਵੱਲ ਧਿਆਨ ਮਾਰਿਆ ਉਹਨੇ ਦਾਣਾ ਖਾਣਾ ਛੱਡ ਦਿੱਤਾ ਸੀ ਤੇ ਕੰਨ ਚੁੱਕ ਕੇ ਛਰੇ ਤੇ ਦਰਿਆ ਦੀ ਕੁੱਕਰ ਸੁਣ ਰਹੀ ਸੀ ਇਹ ਚੌਧਰੀ ਘੋੜੀ ਨੇ ਦਾਣਾ ਖਾਣਾ ਛੱਡ ਦਿੱਤਾ ਹੈ ਤੇ ਮੂੰਹ ਚੁੱਕ ਕੇ ਦਰਿਆ ਵੱਲ ਪਈ ਤੱਕਦੀ ਹੈ ਰੁਕਨੁਦੀਨ ਮਜ਼ਾਰਾ ਜਾਗੋ ਮੀਟੀ ਕੁਦਰਤੁੱਲਾ ਨੂੰ ਹਲੂਣਦਿਆਂ ਹੋਇਆਂ ਬੋਲਿਆ ਚੌਧਰੀ ਕੁਦਰਤੁੱਲਾ ਖੇਸ ਵਿਛਾ ਕੇ ਰੇਤ ਉੱਤੇ ਲੰਮਾ ਪਿਆ ਹੋਇਆ ਸੀ ਛੇਤੀ ਨਾਲ ਉੱਠਿਆ ਪਗੜੀ ਦੋਹਾਂ ਹੱਥਾਂ ਨਾਲ ਠੀਕ ਕੀਤੀ ਤੇ ਆਨੇ ਪਾੜ ਕੇ ਦਰਿਆਵਾਲ ਵੇਖਦਿਆਂ ਹੋਇਆਂ ਬੋਲਿਆ ਰੁਕਨੁਦੀਨ ਭਰਾਵਾ ਇਹ ਤੂਫਾਨੀ ਹੜਝਾਪਦਾ ਹੈ ਉੱਠ ਛੇਤੀ ਕਰ ਵਾਪਸ ਚਲੀਏ ਰੁਕਨੁਦੀਨ ਨੇ ਚੌਧਰੀ ਦੇ ਮੂੰਹੋਂ ਪਹਿਲੀ ਵਾਰੀ ਭਰਾ ਦਾ ਲਫ਼ਜ਼ ਸੁਣਿਆ ਉਹਦੇ ਸੀਨੇ ਠੰਡ ਪੈ ਗਈ ਪਰ ਉਹ ਪੁਰਾਣੀ ਤਾਬੇਦਾਰੀ ਤੇ ਚੱਲਦਾ ਹੋਇਆ ਬੜੀ ਹਲੀਮੀ ਨਾਲ ਬੋਲਿਆ اے ਚੌਧਰੀ ਜੀ ਉਦੇ ਵਿੱਚੋਂ ਦੀ ਤੇ ਹੜ ਦਾ ਪਾਣੀ ਗੋਲੀ ਦੀ ਛੱਟ ਵਾਂਗਰ ਲੰਘ ਰਿਹਾ ਏ ਕਿਸੇ ਵੀ ਇਨਸਾਨ ਹਯਾਨ ਦੇ ਪੈਰ ਨਹੀਂ ਜੰਮ ਸਕਦੇ ਉਹ ਤੂੰ ਉੱਠ ਤੇ ਸਹੀ ਠਿੱਗੀ ਕਿਉਂ ਟਾ ਬੈਠਾ ਚੌਧਰੀ ਰੋਬ ਵਿੱਚ ਆ ਗਿਆ ਰੁਕਨਉਦੀਨ ਨੇ ਚੌਧਰੀ ਦੀ ਜੁੱਤੀ ਚੁੱਕੀ ਸਾਫ਼ ਕੀਤੀ ਤੇ ਕੱਚ ਵਿੱਚ ਮਾਰ ਲਈ ਫਿਰ ਉਹ ਲਗਾਮ ਫੜ ਕੇ ਛਰੇਵਲ ਹੋ ਪਿਆ ਤੇ ਚੌਧਰੀ ਉਹਦੇ ਪਿੱਛੇ-ਪਿੱਛੇ ਤੁਰ ਪਿਆ ਜਿੱਥੇ ਬੇੜੀ ਦਾ ਪੂਰ ਬੈਠਾ ਹੋਇਆ ਸੀ ਪਾਣੀ ਅੱਗੋਂ ਪਿੱਛੋਂ ਉੱਥੇ ਖਰਗੋਸ਼ ਦੀ ਚਾਲ ਨਾਲ ਚਲਿਆ ਆ ਰਿਹਾ ਸੀ ਦੂਰ ਤੱਕ ਦਰਿਆ ਵਿੱਚ ਕੱਪੜਾ ਪੈ ਰਹੀਆਂ ਸਨ ਚੱਲਾਂ ਦੀਆਂ ਪਹਾੜੀਆਂ ਚਾਰ ਚੁਫੇਰੇ ਉੱਸਰ ਰਹੀਆਂ ਸਨ ਤੇ ਬੇੜੀ ਦਾ ਪੂਰ ਇਨ੍ਹਾਂ ਪਹਾੜੀਆਂ ਦੇ ਵਿਚਕਾਰ ਇੰਜ ਬੈਠਾ ਸੀ ਜਿਵੇਂ ਕਿਸੇ ਵਾਦੀ ਵਿੱਚ ਬੈਠਾ ਹੋਵੇ ਪੱਤਣ ਦੀ ਜਗ੍ਹਾ ਭਾਵੇਂ ਉੱਚੀ ਸੀ ਪਰ ਦਰਿਆ ਤੇ ਛਰੇ ਵਿੱਚ ਉੱਠਣ ਵਾਲੀਆਂ ਲਹਿਰਾਂ ਮੋਜਾਂ ਤੇ ਕੱਪੜਾਂ ਦੇ ਮੁਕਾਬਲੇ ਵਿੱਚ ਨਿਵਾਨ ਪਈ ਜਾਪਦੀ ਸੀ ਅਸਮਾਨੀ ਬੱਦਲ ਹੋਰ ਗਹਿਰੇ ਤੇ ਭਾਰੇ ਹੋ ਗਏ ਸਨ ਮੱਛੀ ਹੋਰ ਜਨਵਾਰਾਂ ਦਾ ਪੁਕਾਰਾ ਹੋਰ ਵੱਧ ਗਿਆ ਸੀ ਤੇ ਬੇੜੀ ਦੇ ਪੂਰ ਦੇ ਦਿਲਾਂ ਵਿੱਚ ਇਹ ਸਵਾਲ ਨੇਜ਼ੇ ਦੀ ਅੰਨੀ ਵਾਂਗੂ ਖੁੱਭ ਗਿਆ ਸੀ ਭਈ ਉਹ ਬਚਣਗੇ ਜਾਂ ਰੁੜ ਜਾਵਣਗੇ ਬੇਰਾ ਕੰਜਰੀ ਨੰਗੇ ਪੈਰੀਂ ਰੇਤ ਉੱਤੇ ਟਹਿਲ ਰਹੀ ਸੀ। ਉਹਦੇ ਸੂਟ ਵਿੱਚੋਂ ਇਤਰ ਫੁਲੇਲ ਦੇ ਪਵਾਕੇ ਹਵਾ ਰਾਹੀਂ ਪਿੰਡੂ ਮੁੰਡੇ ਤੇ ਬੇੜੀ ਦੇ ਮਲਾਹ ਤੱਕ ਅਪੜ ਰਹੇ ਸਨ। ਮਲਾਹ ਤੇ ਆਪਣੀਆਂ ਨਾਸਾਂ ਇੰਜ ਝੜਾ ਰਿਆ ਸੀ ਜਿਵੇਂ ਕੋਈ ਨਰਕ ਦੀ ਬਦਬੂ ਸੁੰਘ ਰਿਆ ਹੋਵੇ। ਪਰ ਪਿੰਡੂ ਜਵਾਨ ਆਪਣਾ ਲੋਟੇ ਵਰਗਾ ਮੂੰਹ ਖੋਲ ਕੇ ਇੰਜ ਲੰਮੇ-ਲੰਮੇ ਸਾਹੀਂ ਖੁਸ਼ਬੂ ਪੀ ਰਿਆ ਸੀ ਜਿਵੇਂ ਮਿੱਠੇ ਦੁੱਧ ਦਾ ਗਲਾਸ ਪੀ ਰਿਆ ਹੋਵੇ। ਬੜੀ ਠੱਕੜ ਜਵਾਨ ਏ। ਪਿੰਡੂ ਮੁੰਡੇ ਨੇ ਬੇਰਾ ਦਾ ਕਦ ਕਾਠ ਅੱਖੀਆਂ ਵਿੱਚ ਬਿਉਂਦ ਕੇ ਆਖਿਆ। "ਰਾਮ ਦੀ ਕਮਾਈ ਉੱਤੇ ਪਲੀ ਹੋਈ ਏ।" ਮਲਾਂ ਨੇ ਆਖਿਆ ਇਹਦੇ ਨਾਲ ਦਾ ਬੁੜਾ ਤੇ ਕਬਰ ਦਾ ਮੁਰਦਾ ਜਾਪਦਾ ਏ ਜਵਾਨ ਮੁੰਡਾ ਬੋਲਿਆ ਆ ਭੰਗ ਚਰ ਸਫੀਮ ਤੇ ਦੂਜੇ ਨਸ਼ੇ ਜ਼ਿਆਦਾ ਕਰਦਾ ਹੋਵੇਗਾ ਦੇਖੇ ਨਾ ਅੱਖਾਂ ਇੰਜ ਮਿੱਟੀਆਂ ਹੋਈਆਂ ਨੇ ਜਿਵੇਂ ਕੁੱਕੜ ਨੂੰ ਮਹਿਰ ਕੀ ਤਾਪ ਚੜਿਆ ਹੋਵੇ ਬੇਰਾਂ ਨੂੰ ਅਚਵਾਹੀ ਲੱਗੀ ਹੋਈ ਸੀ ਉਹ ਹਿਰਨੀ ਸੀ ਜਿਹੜੀ ਦੋ ਪਾਣੀਆਂ ਦੀ ਕੈਦ ਵਿੱਚ ਫਸ ਗਈ ਸੀ ਉਹ ਸੁਭਾਨ ਅੱਲਾ ਕਹਿਣ ਵਾਲੀਆਂ ਅੱਖੀਆਂ ਤੇ ਕੁਰਬਾਨ ਜਾਵਾ ਬੋਲਣ ਵਾਲੇ ਹੱਥਾਂ ਤੋਂ ਦੂਰ ਪਾਣੀ ਦੇ ਪਹਾੜਾਂ ਵਿੱਚ ਜੱਡ ਗਈ ਸੀ ਉਹ ਸਮਝ ਰਹੀ ਸੀ ਉਹਦਾ ਬਚਣਾ ਮੁਹਾਲ ਏ ਖਟੋਰ ਦਿਲ ਹੜ ਉਹਦੀ ਸੁੰਦਰਤਾ ਦਾ ਜਾਨੂ ਨਹੀਂ ਇਸ ਖਟੋਰ ਦਿਲ ਲਈ ਉਹਦੇ ਨਖਰੇ ਫਜ਼ੂਲ ਨੇ ਵੇ ਉਸਤਾਦ ਉੱਠ ਕੀ ਸੁਸਰੀ ਵਾਂਗੂ ਸੌਂ ਗਿਆ ਉਹ ਫਿਕਰਮੰਦੀ ਨਾਲ ਬੋਲੀ ਉਸਤਾਦ 베ਰਾਂ ਦੀ ਫੁਲਕਾਰੀ ਉੱਤੇ ਮਜ਼ੇ ਨਾਲ ਮੁੱਦਾ ਪਿਆ ਰਿਆ ਉਹਨੇ ਅੱਗੇ ਵੱਧ ਕੇ ਹਲੂਣਿਆ ਵੇ ਉਸਤਾਦ ਸਿਰ ਉੱਤੇ ਮੌਤ ਘੂਕ ਰਹੀਏ ਤੇ ਤੂੰ ਲੱਤਾਂ ਲੰਮੀਆਂ ਕਰਕੇ ਸੁੱਤਾ ਹੈ ਬੀਬੀ ਲੱਤਾਂ ਇਕੱਠੀਆਂ ਕਰਕੇ ਸੌ ਜਾ ਨਾ ਉੱਠ ਨਹੀਂ ਤੇ ਦੋ ਹੱਥੜ ਮਾਰਾਂਗੀ ਆਹੋ 베ਰਾਂ ਨੇ ਉਸਤਾਦ ਨੂੰ ਹੋਰ ਹਲੂਣਿਆ ਦੋ ਹੱਥੜ ਨਾ ਮਾਰੀ ਬੀਬੀ ਫੁੱਲਾਂ ਵਰਗੀਆਂ ਨਾਜ਼ੁਕ ਉਂਗਲੀਆਂ ਮਚਕੋੜੀਆਂ ਜਾਣਗੀਆਂ ਗੁੱਸੇ ਵਿੱਚ ਆ ਕੇ ਬੇਰਾ ਫੁਲਕਾਰੀ ਉੱਤੇ ਬੈਠ ਗਈ ਤੇ ਰੇਸ਼ਮੀ ਸਲਵਾਰ ਦਾ ਪੌਂਚਾ ਉਤਾਂ ਚੁੱਕ ਕੇ ਪਿੰਨੀ ਖੁਰਕਣ ਲੱਗ ਪਈ ਪੀਰ ਲਹਿਰੀ ਸ਼ਾਬਾਦ ਸ਼ਾਹ ਦੇ ਡੇਰੇ ਵਿੱਚ ਇੱਕਦਮ ਖਲਬਲੀ ਮਚ ਗਈ ਉਹਦੇ murid ਤੇ ਬਾਲਕੇ ਰੋਲਾ ਤੇ ਖੱਪ ਪਾਉਂਦੇ ਪਿਛੋੜੇ ਨਸਪੇ ਮਾਰਚੂ murid ਤੇ ਮੋٹے ਬਾਲਕੇ ਨੇ কুরਲਾਵਾ ਪਾ ਦਿੱਤਾ ਉਹ ਸੱਪ ਓਏ ਸੱਪ ਓਏ ਸੱਪ ਓਏ ਮਲਾ ਆਪਣਾ ਡੰਡਾ ਲੈ ਕੇ ਦੌੜਿਆ ਉਦੇ ਨਾਲ ਪਿੰਡੂ ਮੁੰਡਾ ਵੀ ਨਸਿਆ ਇਹਨਾਂ ਵੇਖਿਆ ਸੱਪ ਮੁੰਡੀ ਚੁੱਕ ਕੇ ਖਲੋਤਾ ਹੋਇਆ ਹੈ ਅੱਖੀਆਂ ਤਾੜੇ ਲੱਗੀਆਂ ਹੋਈਆਂ ਨੇ ਮਲਾਹ ਨੇ ਡੰਡੇ ਦੇ ਇੱਕੋ ਵਾਰ ਨਾਲ ਉਸ ਨੂੰ ਲੰਮਾ ਪਾ ਦਿੱਤਾ ਬੜਾ ਜ਼ਹਿਰੀ ਸੱਪ ਸੀ ਪੀਰ ਜੀ ਬੋਲੇ ਨਹੀਂ ਜੀ ਮਿੱਠਾ ਸੱਪ ਸੀ ਪਾਣੀ ਦਾ ਅਵਲ ਤੇ ਲੜਦਾ ਨਹੀਂ ਪਰ ਜੇ ਲੜੇ ਤੇ ਇਹਦਾ ਅਸਰ ਕੋਈ ਨਹੀਂ ਹੁੰਦਾ ਇਹ ਜ਼ਹਿਰੀ ਸੱਪ ਨਹੀਂ ਸੀ ਮਲਾਹ ਨੇ ਸੱਪ ਨੂੰ ਡੰਡੇ ਤੇ ਲਮਕਾਇਆ ਤੇ ਪਰਾਂ ਪਾਣੀ ਵਿੱਚ ਸੁੱਟ ਦਿੱਤਾ ਪੀਰ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮਲਾਹ ਨੇ ਇਹ ਕਹਿ ਕੇ ਉਹਦੀ ਬੇਇਜ਼ਤੀ ਕੀਤੀ ਏ ਕਿ ਸੱਪ ਜ਼ਹਿਰੀ ਨਹੀਂ ਸੀ। ਮਾਰਚੂ murid ਬੋਲਿਆ ਇਸ ਮਲਾਹ ਨੂੰ ਕੀ ਪਤਾ ਪਈ ਜ਼ਹਿਰੀ ਸੱਪ ਕੀ ਹੁੰਦਾ ਏ। ਸਾਰੇ ਬਾਲਕੇ ਤੇ murid ਬੋਲੇ ਆਹੋ ਜੀ ਆਹੋ ਇਸ ਬੁੜੇ ਨੂੰ ਕੀ ਪਤਾ। ਪੀਰ ਜੀ ਘਰੋਂ ਸਾਲਾਨਾ ਦੌਰੇ ਤੇ ਨਿਕਲੇ ਸਨ। ਉਹ ਹਰ ਸਾਲ ਆਪਣੇ muridਾਂ ਦੇ ਘਰੀ ਜਾਂਦੇ ਸਨ। ਨਿਆਜ਼ਾਂ ਵਸੂਲ ਕਰਦੇ ਤੇ ਤਵੀਜ਼ ਧਾਗੇ ਦਿੰਦੇ ਸਨ। ਨਜ਼ਰ ਨਿਆਜ਼ਾਂ ਦੇ 6-7000 ਰੁਪਏ ਕਾਬੂ ਕਰਨ ਦੇ ਬਾਅਦ ਉਹ ਆਪਣੇ ਗ੍ਰਾਂ ਆਉਂਦੇ ਸਨ ਤੇ ਮੇਲਾ ਲਵਾਉਂਦੇ ਸਨ ਜਿਦੇ ਵਿੱਚ ਕੰਜਰੀਆਂ, ਨਾਚੇ, ਪੰਡ, ਭਗਤੀਏ ਤੇ ਰਾਸ ਧਾਰੀਏ ਆਪੋ ਆਪਣੇ ਫਨ ਦਾ ਮਜ਼ਾਰਾ ਕਰਕੇ ਲੋਕਾਂ ਦੇ ਖੀਸੇ ਖਾਲੀ ਕਰਦੇ ਸਨ। ਮੇਲੇ ਤੇ ਫਸਾਦ ਵੀ ਹੁੰਦਾ ਸੀ ਤੇ ਚੋਰੀ-ਚਿਕਾਰੀ ਤੇ ਅਗਵਾ ਦੀਆਂ ਵਾਰਦਾਤਾਂ ਜਿੰਨੀਆਂ ਜ਼ਿਆਦਾ ਹੁੰਦੀਆਂ ਸਨ ਮੇਲੇ ਤੇ ਪੀਰ ਦੀ ਓਨੀ ਜ਼ਿਆਦਾ ਮਸ਼ਹੂਰੀ ਹੁੰਦੀ ਸੀ। ਸ਼ਾਹ ਜੀ ਦਾ ਓਨਾ ਜ਼ਿਆਦਾ ਜੀ ਖੁਸ਼ ਹੁੰਦਾ ਸੀ। ਸ਼ਾਹ ਜੀ ਨਮਾਜ਼, ਰੋਜ਼ਾ, ਹੱਜ, ਜ਼ਕਾਵਤ ਦੇ ਕਾਇਲ ਨਹੀਂ ਸਨ। ਉਹ ਕਹਿੰਦੇ ਸਨ ਉਹ ਸ਼ਰੀਅਤ ਤੋਂ ਉੱਚੇ ਨੇ। ਉਹ ਤਰੀਕਤ ਤੇ ਮਾਰਫਤ ਤੇ ਚੱਲਦੇ ਨੇ ਅਸਲ ਗੱਲ ਇਹ ਸੀ ਭਈ ਸ਼ਾਹ ਜੀ ਨੂੰ ਨਾ ਸ਼ਰੀਅਤ ਦਾ ਪਤਾ ਸੀ ਨਾ ਤਰੀਕਤ ਦਾ ਤੇ ਨਾ ਹੀ ਮਾਰਫਤ ਦਾ ਤਾਲੀਮੀ ਇਤਵਾਰ ਨਾਲ ਉਹ ਦੂਜੀ ਜਮਾਤ ਪਾਸ ਸਨ ਉਹਨਾਂ ਔਕੜ ਬੱਕੜ ਕਿਸਮ ਦੀਆਂ ਚੀਜ਼ਾਂ ਯਾਦ ਕੀਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਹ ਤਾਪ ਤੋਂ ਲੈ ਕੇ ਜਾਦੂ ਟੂਨੇ ਤੱਕ ਵਰਤਦੇ ਸਨ ਜੇ ਕਿਸੇ ਮਰੀਦ ਦੀ ਤੀਵੀਂ ਨਸ ਜਾਂਦੀ ਤੇ ਮਰੀਦ ਦੇ ਡੋਲੇ ਨਾਲ ਤਵੀਜ਼ ਵੱਜ ਜਾਂਦਾ ਭਈ ਤਵੀਜ਼ ਦੇ ਜ਼ੋਰ ਨਾਲ ਜਨਾਨੀ ਮੋੜਾਵੇਗੀ ਪਰ ਨੱਸੀ ਹੋਈ ਜਨਾਨੀ ਤਵੀਜ਼ ਦੇ ਜ਼ੋਰ ਨਾਲ ਕਦੀ ਨਹੀਂ ਮੁੜਦੀ ਸ਼ਾਹ ਜੀ ਨੇ ਮਲਾ ਨੂੰ ਬੁਲਾਇਆ ਤੇ ਪੁੱਛਿਆ ਹੁਣ ਕੀ ਬਣੇਗਾ ਵੜਨਾ ਕੀ ਏ ਉਹ ਬੋਲਿਆ ਮਲੂਮ ਤੇ ਇਹੀ ਹੁੰਦਾ ਏ ਪਈ ਪਾਣੀ ਸਾਡੇ ਸਿਰਾਂ ਤੋਂ ਵੀ ਲੰਘ ਜਾਏਗਾ ਭੜੇ ਬੋਲ ਮੂੰਹ ਨਹੀਂ ਕੱਢੀ ਤੇ ਸ਼ਾਹ ਜੀ ਜਲਾਲ ਵਿੱਚ ਆ ਗਏ ਉਹਨਾਂ ਦੀ ਪੁੱਭ ਬੇਰਾ ਕੰਜਰੀ 우ਸਤਾਦ ਰਹਿਮੂ ਮਜ਼ਾਰਾ ਰੁਕਨਉਦੀਨ ਜ਼ਿੰਮੇਦਾਰ ਕੁਦਰਤਉੱਲਾ ਤੇ ਪਿੰਡੂ ਮੁੰਡੇ ਨੇ ਸੁਣੀ ਤੇ ਸ਼ਾਹ ਜੀ ਦੇ ਕੋਲ ਆ ਗਏ ਸ਼ਾਹ ਜੀ ਉਹਨਾਂ ਨੂੰ ਵੇਖ ਕੇ ਹੋਰ ਗੁੱਸੇ ਵਿੱਚ ਆਇਆ ਤੇ ਬੋਲਿਆ ਜੇ ਅਸੀਂ ਚਾਹੀਏ ਤੇ ਸਾਰਾ ਦਰਿਆ ਖੁਸ਼ਕ ਕਰ ਦਈਏ ਇਹ ਹੋ ਜਾਏ ਤੇ ਹੋਰ ਕੀ ਚਾਹੀਦਾ ਏ ਮਾਰੋ ਫੂਕ ਪਰ ਸਾਨੂੰ ਹੁਕਮ ਨਹੀਂ ਹੈਗਾ ਬੇਰਾ ਅੱਕੀ ਹੋਈ ਬੋਲੀ ਹ ਬਕਵਾਸ ਏ ਸ਼ਾਹ ਜੀ ਹੋਰ ਗੁੱਸੇ ਤੇ ਜਲਾਲ ਵਿੱਚ ਆ ਗਏ ਤੇ ਗੱਜੇ ਨਾ ਪਾਕ ਵਜੂਦ ਵਾਲੀ ਔਰਤ ਸਾਡੇ ਬੋਲਾਂ ਬਚਨਾਂ ਨੂੰ ਬਕਵਾਸ ਕਹਿੰਨੀ ਹੈ ਕੰਜਰੀ ਗੁੱਸੇ ਵਿੱਚ ਆ ਗਈ ਔਕੀ ਹੋ ਕੇ ਬੋਲੀ ਝੂਠਿਆ ਪੀਰਾ ਮੂੰਹ ਸੰਭਾਲ ਕੇ ਗੱਲ ਕਰ ਤੇਰੇ ਵਰਗੇ ਪਾਕ ਸਾਫ਼ ਮੇਰੇ ਪਿੱਛੇ ਪਿੱਛੇ ਫਿਰਦੇ ਨੇ ਸ਼ਾਹ ਜੀ ਨੇ ਆਪਣੇ ਮਰੀਦਾਂ ਬਾਲਕਿਆਂ ਨੂੰ ਇਸ਼ਾਰਾ ਕੀਤਾ ਉਹ ਕੁੱਦ ਕੇ ਬੇਰਾ ਵੱਲ ਵਧੇ ਪਰ ਮਲਾਹ ਤੇ ਪਿੰਡੂ ਮੁੰਡੇ ਰੁਕਨੁਦੀਨ ਤੇ ਕੁਦਰਤੁੱਲਾ ਨੇ ਰੋਕ ਲਏ ਉਸਤਾਦ ਰਹੀਮੂ ਨੇ ਸਰੰਗੀ ਦਾ ਗਾਜ਼ ਮਾਰਚੂ ਮੂਰੀਦ ਦੇ ਸਿਰ ਵਿੱਚ ਮਾਰਿਆ ਉਹ ਤੜਫ ਕੇ ਪਿੱਛੇ ਹਟਿਆ ਤੇ ਉਸਤਾਦ ਨੂੰ ਬਦਵਾਵਾ ਦੇਣ ਲੱਗ ਪਿਆ ਚੌਧਰੀ ਕੁਦਰਤੁੱਲਾ ਬੇਰਾ ਨੂੰ ਸਮਝਾ ਕੇ ਪੀਰ ਤੋਂ ਪਰਾਂ ਲੈ ਗਿਆ ਹੁਣ ਹੜ੍ਹ ਦੇ ਪਾਣੀ ਕੋਲੋਂ ਕਨਾਲ ਕੋ ਰੇਤ ਬਚੀ ਹੋਈ ਸੀ ਪਾਣੀ ਬਰਾਬਰ ਉਧਰ ਹੀ ਵਧ ਰਿਹਾ ਸੀ ਛਰੇ ਦੀ ਕੋਈ ਜਗ੍ਹਾ ਨਜ਼ਰ ਨਹੀਂ ਸੀ ਆਉਂਦੀ ਗਿਰਜਾਂ ਬਗਲੇ ਤੇ ਦੂਸਰੇ ਜਨੌਰ ਮਚਰਾ ਫੜਰਾ ਡੱਡੀਆਂ ਤੇ ਦੂਜਾ ਮਰਦਾਰ ਖਾ ਰਹੇ ਸਨ ਤੇ ਚੀਕਾ ਮਾਰ ਰਹੇ ਸਨ ਸਾਰੇ ਮੁਸਾਫਰ ਸੋਚ ਰਹੇ ਸਨ ਪਈ ਪਾਣੀ ਦੀ ਲਹਿਰ ਆਈ ਕਿ ਆਈ ਤੇ ਉਹ ਰੁੜੇ ਕਿ ਰੁੜੇ ਜੀ ਪਿਆਣਾ ਹੋ ਕੇ ਚੌਧਰੀ ਕੁਦਰਤੁੱਲਾ ਨੇ ਮਲਾ ਨੂੰ ਪੁੱਛਿਆ ਪਈ ਉਹਦੀ ਬੇੜੀ ਕਿਸੇ ਕੰਮ ਨਹੀਂ ਆ ਸਕਦੀ ਮਲਾ ਬੋਲਿਆ ਚੜਦੇ ਦਰਿਆ ਵਿੱਚ ਬੇੜੀ ਪਾਵਨਾ ਕੰਮਕਲਾਂ ਦਾ ਕੰਮ ਏ ਇਹ ਨਹੀਂ ਨਹੀਂ ਦਰਿਆ ਵਿੱਚ ਬੇੜੀ ਪਾਵਨਾ ਬਾਦਰਾ ਤੇ ਦਲੇਰਾਂ ਦਾ ਕੰਮ ਏ ਕੰਮਕਲਾਂ ਦਾ ਨਹੀਂ ਰੁਕਨੁਦੀਨ ਬੋਲਿਆ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸੁੱਕੇ ਤੇ ਲਾ ਦੇ ਮੈਂ ਤੈਨੂੰ 50 ਰੁਪਏ ਦਿਆਂਗਾ ਚੌਧਰੀ ਕੁਦਰਤੁੱਲਾ ਬੋਲਿਆ ਤੁਸੀਂ ਚੌਧਰੀ ਜੀ ਮੈਨੂੰ 100 ਰੁਪਿਆ ਦੇ ਦਿਓ ਤਾਂ ਵੀ ਮੈਂ ਬੇੜੀ ਦਰਿਆ ਵਿੱਚ ਨਾ ਪਾਵਾਂ ਚੱਲ ਮੈਂ ਤੈਨੂੰ 100 ਰੁਪਿਆ ਦੇਣਾ ਵਾ ਮੈਨੂੰ ਪਾਰ ਲੰਘਾ ਦੇ ਚੌਧਰੀ ਨੇ ਹਿੰਮਤ ਕਰਦਿਆਂ ਹੋਇਆਂ ਆਖਿਆ ਤੇ ਮੈਂ ਚੌਧਰੀ ਜੀ ਮੁਜ਼ਾਰੇ ਨੇ ਪੁੱਛਿਆ ਤੇਰਾ ਕੀ ਏ ਤੂੰ ਤਰ ਕੇ ਪਾਰ ਲੰਘ ਜਾਵੇਂਗਾ ਚੌਧਰੀ ਨੇ ਲਾਪਰਵਾਹੀ ਨਾਲ ਆਖਿਆ ਤੇ ਜੇ ਮੈਂ ਤਰਦਿਆ ਹੋਇਆ ਮਰ ਗਿਆ ਤੇ ਫੇਰ ਰੁਕਨੁਦੀਨ ਨੇ ਪੁੱਛਿਆ ਮੈਂ ਤੇਰੀ ਘਰ ਵਾਲੀ ਤੇ ਨਿਆਣਿਆਂ ਨੂੰ ਭੁੱਖਾ ਨਹੀਂ ਮਰਨ ਦੇਂਦਾ ਬਹੁਤ ਜ਼ਮੀਨ ਹੈ ਮੇਰੀ ਮਲਾ ਨੇ 100 ਰੁਪਇਆ ਲੈ ਕੇ ਚੌਧਰੀ ਕੁਦਰਤੁੱਲਾ ਨੂੰ ਬੇੜੀ ਵਿੱਚ ਬਿਠਾਇਆ ਤੇ ਰੁਕਨੁद्दीन ਤੇ ਪਿੰਡੂ ਮੁੰਡੇ ਨੂੰ ਬੇੜੀ ਦਾ ਰੱਸਾ ਫੜਾ ਕੇ ਆਖਿਆ ਭਈ ਧਰੂ ਕੇ ਛਰੇ ਵਾਲੇ ਪਾਸੇ ਲੈ ਚੱਲੋ ਉਹ ਆਪ ਵੰਜ ਫੜ ਕੇ ਬੇੜੀ ਵਿੱਚ ਖਲੋ ਗਿਆ ਜਦ ਬੇਰਾ ਕੰਜਰੀ 우ਸਤਾਦ ਰਹਿਮੂ ਪੀਰ ਲਹਿਰੀ ਸ਼ਾ ਬਾਦਸ਼ਾਹ ਤੇ ਉਹਦੇ ਮুরিਦਾਂ ਤੇ ਬਾਲਕਿਆਂ ਇਹ ਕੁਝ ਵੇਖਿਆ ਤੇ ਉਹ ਵੀ ਬੇੜੀ ਵੱਲ ਨਸੇ ਪੀਰ ਜੀ ਬੇੜੀ ਤੱਕ ਨਸੰਦ ਰਾਨ ਤਿੰਨ ਵਾਰੀ ਤੇ ਬੇਰਾ ਕੰਜਰੀ ਦੋ ਵਾਰੀ ਡਿੱਗੇ ਪਰ ਜਦੋਂ ਬੇੜੀ ਦੇ ਨੇੜੇ ਪਹੁੰਚੇ ਤੇ ਮਲਾ ਵੰਜ ਸਿਰੋਂ ਉਤਾਹ ਚੁੱਕ ਕੇ ਉਹਨਾਂ ਨੂੰ ਉਗਰਦਿਆਂ ਹੋਇਆਂ ਆਖਿਆ 30 ਵਾਰੀ 100 ਰੁਪਿਆ ਜੇ ਮੰਜ਼ੂਰ ਹੈ ਤੇ ਬਹਿ ਜਾਓ ਨਹੀਂ ਤੇ ਪੈਰਾਂ ਤੇ ਖਲੋਤੇ ਰਵੋ ਸ਼ਾਹ ਜੀ ਨੇ ਡੱਬ ਵਿੱਚੋਂ 100 ਦਾ ਨੋਟ ਕੱਢਿਆ ਤੇ ਬੋਲਿਆ ਲੈ ਪਈ ਮਲਾਹਾ 100 ਰੁਪਿਆ ਮੈਨੂੰ ਬਹਿਣ ਦੇ ਬੇੜੀ ਵਿੱਚ ਜਦੋਂ ਨੇ ਪੈਰ ਪੁੱਟਿਆ ਤੇ ਉਹਦੇ ਸਾਰੇ ਮুরিਦ ਤੇ ਬਾਲਕੇ ਜਿਹੜੇ ਗਿਣਤੀ ਵਿੱਚ 9 ਸਨ ਉਹਨੂੰ ਚਿੰਬੜ ਗਏ ਤੇ ਲੱਗੇ ਰੌਲਾ ਪਾਣ ਮੈਨੂੰ ਵੀ ਲੈ ਚੱਲ ਮੈਨੂੰ ਵੀ ਲੈ ਚੱਲ ਸ਼ਾਹ ਜੀ ਬਾਦਸ਼ਾਹ ਮੈਨੂੰ ਵੀ ਲੈ ਚੱਲ ਮੋٹے ਬਾਲਕੇ ਨੇ ਹੱਥ ਮਾਰ ਕੇ ਪੀਰ ਦੀ ਡੱਬ ਵਿੱਚੋਂ ਸਾਰੇ ਨੋਟ ਕੱਢੇ 9 ਗਿਣ ਕੇ ਮਲਾਹ ਨੂੰ ਦਿੱਤੇ ਤੇ ਬਾਕੀ ਆਪਣੇ ਲੰਮੇ ਚੋਗੇ ਦੀ ਜੇਬ ਵਿੱਚ ਪਾ ਲਏ ਪੀਰ ਮੁਰੀਦਾਂ ਤੇ ਬਾਲਕਿਆਂ ਨੂੰ ਗਾਲ੍ਹੀਆਂ ਦਿੰਦਾ ਬੇੜੀ ਵਿੱਚ ਬਹਿ ਗਿਆ ਤੇ ਉਹਦੇ ਨਾਲ ਉਹਦੇ ਸੰਗੀ ਸਾਥੀ ਵੀ ਜਿਸ ਵੇਲੇ ਬੇਰਾ ਨੇ 200 ਰੁਪਏ ਮਲਾ ਨੂੰ ਫੜਾਏ ਤੇ ਪੀਰ ਲਹਿਰੀ ਸ਼ਾ ਉੱਚੀ ਆਵਾਜ਼ ਵਿੱਚ ਬੋਲਿਆ ਬੁੜਿਆ ਇਸ ਨਾਪਾਕ ਔਰਤ ਨੂੰ ਬੇੜੀ ਵਿੱਚ ਨਾ ਬਿਠਾ ਬੇੜੀ ਇਹਦੇ ਵजूद ਨਾਲ ਗਰਖ ਹੋ ਜਾਵੇਗੀ ਮਲਾ ਬੋਲਿਆ ਪਾਕ ਨਾਪਾਕ ਦਾ ਫੈਸਲਾ ਅੱਲਾ ਦੇ ਹੱਥੇ ਸ਼ਾ ਜੀ ਇਹ ਕਹਿ ਕੇ ਉਸ ਪਿੰਡੂ ਜਵਾਨ ਤੇ ਰੁਕਨੁਦੀਨ ਮਜ਼ਾਰੇ ਨੂੰ ਇਸ਼ਾਰਾ ਕੀਤਾ ਉਹ ਛਟਪਟ ਪਾਣੀ ਵਿੱਚੋਂ ਦੀ ਬੇੜੀ ਤਰੂ ਕੇ ਛਰੇ ਵੱਲ ਐ ਤੁਰੇ ਜਿੱਥੇ ਪਹਿਲੇ ਮੁਸਾਫਰ ਖਲੋਤੇ ਸਨ ਦੋ ਮਿੰਟਾਂ ਵਿੱਚ ਉੱਥੇ ਵੀ ਹੜ ਦਾ ਪਾਣੀ ਚੜ੍ਹਾ ਆਇਆ ਛਰੇ ਵਿੱਚ ਪਾਣੀ ਬਹੁਤ ਤੇਜ਼ ਸੀ ਤੇ ਉੱਚੀਆਂ-ਉੱਚੀਆਂ ਛੱਲਾਂ ਪੈ ਰਹੀਆਂ ਸਨ ਮਲਾਹ ਦੇ ਇਸ਼ਾਰੇ ਤੇ ਪਿੰਡੂ ਜਵਾਨ ਤੇ ਰੁਕਨੁਦੀਨ ਛਾਲਾ ਮਾਰ ਕੇ ਬੇੜੀ ਵਿੱਚ ਬਹਿ ਗਏ ਤੇ ਮਲਾਹ ਵੰਜ ਦੇ ਆਸਰੇ ਬੇੜੀ ਪਾਣੀ ਵਿੱਚ ਲੈ ਟੁਰਿਆ ਉਹ ਬੇੜੀ ਲੈ ਕੇ ਹਾਲੇ ਥੋੜੀ ਦੂਰ ਹੀ ਗਿਆ ਸੀ ਕਿ ਪਾਣੀ ਦੀ ਛਲ ਬੇੜੀ ਨਾਲ ਵੱਜੀ ਤੇ ਸਾਰਾ ਪੂਰਨ ਹੱਤਾ ਗਿਆ ਬੇਰਾਂ ਦੇ ਰੇਸ਼ਮੀ ਕੱਪੜੇ ਜਿਸਮ ਨਾਲ ਚਿਪਕ ਗਏ ਤੇ ਉਹਦਾ ਸੋਨੇ ਵਰਗਾ ਸਰੀਰ ਸਾਰਿਆਂ ਦੀਆਂ ਅੱਖੀਆਂ ਵਿੱਚ ਖੋਭ ਗਿਆ ਮਲਾਹ ਘਬਰਾ ਕੇ ਬੋਲਿਆ ਅੱਲਾ ਨੂੰ ਯਾਦ ਕਰੋ ਅੱਲਾ ਨੂੰ ਉਹ ਬੇੜੀ ਬੰਨੇ ਲਾਵਣ ਵਾਲਾ ਏ ਚੌਧਰੀ ਨੇ ਆਪਣਾ ਖੇਸ ਚੁੱਕਿਆ ਤੇ ਬੇਰਾਂ ਦੇ ਆਲੇ ਦੁਆਲੇ ਲਪੇਟ ਦਿੱਤਾ ਵੰਜ ਬੇਫਾਇਦਾ ਹੋ ਗਿਆ ਸੀ ਤੇ ਬੇੜੀ ਡੱਕੋ ਡੋਲੇ ਖਾਂਦੀ ਪਾਣੀ ਵਿੱਚੋਂ ਦੀ ਛੂਟ ਨਸੀ ਜਾਂਦੀ ਸੀ ਪੀਰ ਤੇ ਪੀਰ ਦੇ ਬਾਲਕੇ ਤੇ ਮুরিਦ ਉੱਚੀ ਉੱਚੀ ਰੋ ਰਹੇ ਸਨ ਤਰਕਾਲਾਂ ਦੇ ਹਨੇਰੇ ਉਹਨਾਂ ਦਾ ਰੋਣਾ ਬੜਾ ਖੌਫਨਾਕ ਜਾਪਦਾ ਸੀ ਦੂਜੇ ਦਿਨ ਸਵੇਰੇ ਦਰਿਆ ਦੇ ਲਾਗੇ ਛਾਗੇ ਦੇ ਪਿੰਡ ਵਿੱਚ ਇਹ ਖਬਰ ਪਹੁੰਚੀ ਭਈ ਰਾਤ ਛਰੇ ਵਿੱਚ ਇੱਕ ਬੇੜੀ ਮੁੱਦੀ ਹੋਈ ਏ ਬਾਕੀ ਸਾਰੇ ਬਚ ਗਏ ਨੇ ਪਰ ਜ਼ਵਾਲ ਦਾ ਪੀਰ ਸਿਆਲਕੋਟ ਦੀ ਕੰਜਰੀ ਤੇ ਰਹਿਮਤਪੁਰ ਦਾ ਚੌਧਰੀ ਡੁੱਬ ਕੇ ਮਰ ਗਏ ਨੇ ਚੌਧਰੀ ਦੀ ਲਾਸ਼ ਤੇ ਲਾਪਤਾ ਏ ਪਰ ਪੀਰ ਤੇ ਕੰਜਰੀ ਦੀਆਂ ਲਾਸ਼ਾਂ ਮਿਲ ਗਈਆਂ ਨੇ ਉਹਨਾਂ ਦੀਆਂ ਲਾਸ਼ਾਂ ਕਮਾਦ ਵਿੱਚ ਲੁਕੀਆਂ ਹੋਈਆਂ ਸਨ ਤੇ ਦੋਹਾਂ ਨੇ ਜਫੀ ਪਾਈ ਹੋਈ ਸੀ ਏਸੀ ਸਲੀਮ ਖਾਨ ਗਿੰਮੀ ਹੋਰਾਂ ਦੀ ਕਹਾਣੀ ਪਾਣੀ ਦੇ ਪਹਾੜ ਆਵਾਜ਼ ਮਨਪ੍ਰੀਤ ਸੋਹਤਾ ਅਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਕੇ ਕਮੈਂਟ ਜ਼ਰੂਰ ਕਰਨਾ ਹੋ ਸਕੇ ਤਾਂ ਅਜੇ ਹੀ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਨਾ ਜੋ ਅਜਿਹਾ ਕੰਟੈਂਟ ਸੁਣਨਾ ਪਸੰਦ ਕਰਦੇ ਨੇ